7 ਦਾ ਟਾਈਮ, ਠੀਕ ਹੈ, ਉੱਠੇ ਪਏ ਹੈ, ਫਰੈਸ਼ ਥੀ ਨੂੰ ਫਰੈਸ਼ ਥੀ ਅਤੇ ਲੋਡਿੰਗ 'ਤੇ ਬਣਨਾ। ਪਹਿਲੀ ਲੋਡਿੰਗ ਇੱਥੋਂ ਕਰਨੀ ਹੈ, ਦੂਜੀ ਲੋਡਿੰਗ ਵਾਲਾ ਮੁਜ਼ੱਫਰਗੜ੍ਹ ਕਰਨੀ ਹੈ, ਉਹਦੇ ਬਾਅਦ ਸਾਰੀ ਅਪਡੇਟ ਦਿੰਦੇ ਹਾਂ, ਪਹਿਲੇ ਫਰੈਸ਼ ਥੀ। ਚਲੋ ਜੀ, ਹੁਣ ਹੋ ਗਏ ਸੀ ਬਿਲਕੁਲ ਰੈਡੀ। ਜਦੋਂ ਮੋਬਾਇਲ ਪਾਣੀ ਗੱਡੀ ਦਾ ਚੈੱਕ ਚੈੱਕ ਕਰ, ਗੱਡੀ ਕੋ 5-7 ਮਿੰਟ ਗਰਮ ਕਰੇ, 10 ਮਿੰਟ ਗਰਮ ਕਰ ਦੂੰ, ਲੋਡਿੰਗ ਨਿਕਲ ਦੋ, ਪਰਲੇ ਸਮਾਨ ਕਢੇ ਦੇ ਪੈਣ, ਸਮਾਨ ਲੋਡ ਕਰਤੇ ਮੁਜ਼ੱਫਰਗੜ੍ਹ, ਮੁਜ਼ੱਫਰਗੜ੍ਹ ਉਹ ਕਿਤਾਬਾਂ ਚਾਹਤੇ ਆਉਣੇ, ਅਲੀਪੁਰ ਆਉਣ ਵਜਾਣੇ, ਸੰਤੂ ਦੇ ਵਜਾਣਾ ਦਾ ਵੀ ਆ, ਆਉਣਾ ਦਾ ਵੀ ਆ, ਬਾਕੀ ਦਾ ਬੋਲ ਗੱਡੀ ਦੇ ਨਾਲ ਮਿਲਦੇ। ਸੋਫਾ ਆਇਆ ਪੇ ਲੋਡਿੰਗ ਵਾਲੀ ਜਾ ਤੇ ਪਹੁੰਚ ਗਏ ਸੇ, ਹਾਈ ਜਲਦੀ ਆਪਣਾ ਘਰ ਈ ਗਲੀ ਤੂੰ ਇਥੋਂ ਸਿੱਧੇ ਥੀ ਸੂ, ਵਹਿ ਕਿਆ ਥੀ ਗਏ ਤੇਖੋ, ਈ ਗਲੀ ਤੂੰ ਸਿੱਧੇ ਥੀ ਸੂ, ਇਥੋਂ ਘਰ 1 ਕਿਲੋਮੀਟਰ ਹੈ, ਇਹ ਆਪਣਾ ਰਸ਼ਕੇ ਦਾ ਚੌਕ ਥੀ ਗਿਆ ਮੇਨ, ਅਤੇ ਬਬਲਾ ਸਮਾਨ ਇਹ ਵੀ ਥੋੜ੍ਹਾ ਵੀ ਆ ਵੀ ਉਹ ਰੱਖੇ ਦੇ ਆ, ਨਿਕਲਦੇ ਆ ਪਿਆ ਗਿਆ। ਇਹ ਸਹੀ ਸਾਰਾ ਟਿਕਟੋਕ ਸਟਾਰ ਵੇ ਮਾਲ ਦਾ ਲੈ ਆਪਣਾ ਨਿਕਲਦਾ ਪਏ, ਟਿਕਟੋਕ ਸਟਾਰ ਹਾਲ ਦੇ ਠੀਕ ਹੈ ਠੀਕ ਹੈ, ਕਹਤੇ ਆਦਮ ਕਿੱਥਾਂ ਪੈਦਾ ਥਿਆ ਵੇ, ਸਾਰੇ ਘਰ ਅਲਾਮਾ ਇਕਬਾਲ ਉਹ ਸਾਰੇ ਘਰ, ਇਹ ਕਿ ਤੇਰੇ ਘਰ ਪੈਦਾ ਥਿਆਨ, ਤੂੰ ਕਿਹੜਾ ਥਾਈ ਮੈਂ ਨਹੀਂ ਪਿਆ ਇਹ ਗਲੀਏ ਚ, ਆ ਨਾ ਮਰਾ ਗਲੀ ਕਿਉਂ ਨਹੀਂ ਵੀ ਬੜਵਾਈ ਵਾਲਾ ਚੇਅਰਮੈਨ ਤਾਂ ਲੱਗ ਗਈ ਹੈ, ਗਲੀ ਕਿਉਂ ਨਹੀਂ ਵੀ ਬੜਵਾਈ ਚੇਅਰਮੈਨ ਤਾਂ ਲੱਗ ਗਈ, ਜਿਹੜੀ ਗਲੀ ਖਰਾਬ ਥਈ ਪਈ, ਮਿੱਟੀ ਮਿੱਟੀ ਥਈ ਪਈ ਹੈ, ਇਹ ਜਿਹੜੀ ਗਲੀ ਹੈ ਨਾ ਮੈਂ ਕੱਲ ਬੜਵਾਇਆ ਮੈਂ, ਅੱਛਾ ਉਹ ਵਾਲਾ ਚਾਟੇ ਭਨ ਗਤੀਆਂ ਨੇ ਕਾਹੇ ਭਨ ਗਤੀ ਹੈ ਚੁਆਰ ਕਿਉਂ ਇਹ ਸਾਦਾ ਟਿਕਟੋਕ ਸਤਾਰ ਇੰਜੇ ਇੰਜੇ ਗਾਲੀ ਕਰ ਰਹੇ, ਪੁੱਛਾ ਪੁੱਛਾ ਭਜਣ ਪੈ ਰਹੇ ਨੇ, ਕੀ ਇਹ ਪਾਕਿਸਤਾਨ ਕਰਨ ਬੜਵਾਇਆ ਮੈਂ, ਪਰਸੋਂ ਬੜਵਾਇਆ ਪਰਸੋਂ 10-11 ਠੀਕ ਹੈ 10-11 ਕਿਆ ਵਜਾ ਇਤਨੀ ਲੇਟ ਬੜਵਾਈ, ਹੈ ਰੁਮਾਲਾ ਕਹਿੰਦਾ ਯਾਰ ਯਾਰ ਤੂੰ ਇਹਦੇ ਗਾਲ ਕਰ ਛੋੜ, ਰੁਮਾਲਾ ਜੇਂਦਾ ਤੂੰ ਚਾਹ ਤੇ ਵੇਨੀ ਚੋਰੀ ਗੰਦਾ ਪੇ ਦੇ ਥੇਂ ਗਿਆ, ਇਤਨੀ ਲੇਟ ਪਾਕਿਸਤਾਨ ਕਿਉਂ ਬੜਵਾਈ, ਦੇਰ ਥੀ ਗਿਆ ਮਿਸਤਰੀ ਕਾ ਨਾ ਮਿਲਿਆ, ਅਈ ਯਾਰ ਕਮਾਲ ਕਰਨ ਦੀ ਮਿਸਤਰੀ ਕਾ ਨਾ ਮਿਲਿਆ, ਤਾਂ ਮੈਂ ਹੁਣ ਲਾਣਾ ਪਿਆ ਤਾਂ ਮੈਂ ਕੋਣ ਲਾਣ ਨਹੀਂ ਦੇਣਾ, ਮੈਂ ਹੁਣ ਦੱਸ ਸਹੀ ਭਈ ਕੀ ਕਰਾਂ ਮੈਂ ਦੱਸ ਸਹੀ ਭਈ। ਚਲੋ ਜੀ, ਲੋਡਿੰਗ ਕਰ ਤਾਂ ਨਿਕਲ ਆਇਓ ਨਹਿਰ ਦੇ ਉੱਤੇ, ਇਹ ਬਾਈਪਾਸ ਹੈ, ਵਨਣਾ ਤਾਂ ਬਾਈਪਾਸ ਹੈ, ਲੇਕਿਨ ਉੱਥੋਂ ਉਸਤਾਦਾਂ ਨੂੰ ਚਾਉਣੇ ਤੇ ਜਿਹਨਾਂ ਦਾ ਕਿਤਾਬਾਂ ਚਾਉਣੇ ਨੌਕਰ, ਅਤੇ ਇਹ ਉਵੇਂ ਸਾਡੀ ਦੀ ਪੁਰਾਣੀ ਮੰਡੀ ਵਾਲੀ ਚਾਹ, ਜਿੱਥੇ ਅਗਰ ਸਾਰੀ ਸਬਜ਼ ਮੰਡੀ ਹੁੰਦੀ ਸੀ ਪਹਿਲੇ, ਅਤੇ ਰਸ਼ ਹੱਦ ਗੁਣੋਂ ਜ਼ਿਆਦਾ ਆਉਂਦਾ ਹੈ, ਵਾਲਾ ਇੱਥੋਂ ਪੱਟ 'ਤੇ ਆਉਣ ਵਾਲਾ ਬਾਹਰੋਂ ਬਾਈਪਾਸ 'ਤੇ ਪੁੱਜ ਗਈ ਹੈ। ਚਲੋ ਜੀ, ਕੱਲ੍ਹ ਚੌਕ ਪਹੁੰਚ ਗਏ ਹੋਏ, ਬਾਕੀ ਵਾਲਾ ਇਨਸ਼ਾਅੱਲਾ ਨਿਕਲਦੇ ਪਏ ਸਾਰੇ ਇਕੱਠੇ ਥੀਓ, ਪਰ ਨਿਕਲਦੇ ਹਾਂ ਸਿੱਧਾ ਵੱਲ ਤੋਂ ਰਸਤੇ ਵਿੱਚ। ਚਲੋ ਜੀ, ਬਸੰਤ ਗਾਲੀ ਸ਼ਹਿਰ ਤਾਂ ਸਾਰੇ ਪੱਟ ਸਕਦੇ ਨੇ, ਬੜਾਵਣ ਪੜਾਇਆ ਕਰਦੇ ਹਾਲ ਤੱਕ, ਕਾਫੀ ਟਾਈਮ ਥੀ ਗਏ ਪੱਟੇ ਪੈਣ, ਹੁਣ ਮੇਰੇ ਖਿਆਲ ਬੜੇ ਨੇ ਇੱਥੇ ਕਿ ਪੱਕਾ ਪੱਥਰ ਪੈਂਦਾ ਵਾ, ਸੀਮੈਂਟ ਵਾਲਾ ਰੋਡ ਬੜੇ ਦਾ ਪਿਆ ਥਾਂ, ਕਿਉਂਕਿ ਸ਼ਹਿਰ ਦੇ ਵਿੱਚ ਪਾਣੀ ਜੇ ਉਹ ਹਰ ਸ਼ਹਿ ਆ ਗਏ ਨਾ, ਉਹਦੀ ਵਜ੍ਹਾ ਰਹਿੰਦਾ ਇੱਥੇ ਕਿ ਮੁਕੰਮਲ ਪਲਸਤਰ ਕਰੇ ਸਨ, ਬਜਰੀ ਪੈਸੇ ਨੂੰ ਜਿਵੇਂ ਛੱਤ ਭਰੇ ਸੀ ਨਹੀਂ ਹਲਣ ਤਾਂ। ਚਲੋ ਜੀ, ਖਾਨਗੜ੍ਹ ਸ਼ਹਿਰ ਦੇ ਵਿੱਚ ਠੀਕ ਹੀ ਆਪਣੀ ਐਂਟਰੀ, ਇਹ ਅਸੀਂ ਭਰਾਈ ਕਰਨੇ ਪੈਣ ਰੋਡ ਦੇ ਉੱਤੇ, ਮੁਕੰਮਲ ਲੈਂਡਰ ਪੈਣੇ ਪੈਣ, ਇਹ ਕੰਮ ਸ਼ਹਿਰਾਂ ਥੀ ਨਾ ਪਏ, ਇਹ ਬੜਾ ਬਿਹਤਰੀਨ ਕੰਮ ਥੀ ਨਾ ਪਏ, ਪੱਕਾ ਕੰਮ ਥੀ ਨਾ ਪਏ, ਪਰ ਇਹ ਵੀ ਚੰਗੀ ਤਕੜੀ ਕਰਨਾ ਪੈਣ, ਪਰ ਇਹ ਕਿ ਸੀਮੈਂਟ ਬਰਾਬਰ ਸੱਟਣ ਖੁੱਟਾ ਹੀ ਨਾ ਆਵੇ, ਕੰਮ ਗੋਲ ਹੈ ਤਾਂ ਦੂਜੀ ਵਾਰ ਪੜੀ ਜਿਹੜੇ ਦੇ ਲਾ ਇੱਥੇ ਹੀ ਲਾਹ ਸੋਚੋ, ਚਲੋ ਲਾ ਸਾਹਲੋ ਲੈ ਨਿਕਲ ਵੇ ਸੋ ਕਿਤੇ ਬਰਾਬਰ ਕੱਟ ਬਰਾਬਰ। ਚਲੋ ਜੀ, ਪੁੱਜ ਗਏ ਹੂੰ ਇਹ ਕੋਠੀ, ਇਹਦੇ ਸ਼ਿਫਟ ਕਰੇ ਸਨ ਆਪਣਾ ਸਮਾਨ, ਵਾਲਾ ਸਾ ਨਿਕਲੇ ਗਏ ਵੀ ਆ ਗਏ, ਅਸੀਂ ਪਾਇਆ ਗਏ ਮੁਜ਼ੱਫਰਗੜ੍ਹ ਸ਼ਹਿਰ ਦੇ ਵਿੱਚ, ਇਹ ਦਫ਼ਤਰ ਇੱਥੋਂ ਲੋਡ ਕਰਨੇ ਕਿਤਾਬਾਂ, ਬਾਕੀ ਅੱਗੋ ਤਰੀਕੇ ਸਵਾਲੀ ਰਸ਼ ਹੈ, ਇਹ ਅਸੀਂ ਮੁਜ਼ੱਫਰਗੜ੍ਹ ਦੇ ਬਿਲਕੁਲ ਸ਼ਹਿਰ ਦੇ ਵਿੱਚ, ਇਹ ਇੱਥੋਂ ਅਗਰ ਪੁਰਾਣਾ ਅੱਡਾ ਹੈ, ਪੁਰਾਣਾ ਅੱਡਾ ਬਿਲਕੁਲ ਸ਼ਹਿਰ ਦੇ ਵਿੱਚ ਵਿੱਚ ਹੈ, ਬਿਲਕੁਲ ਸ਼ਹਿਰ ਦੇ ਵਿੱਚ ਹੈ, ਆਪਣੀ ਲੋਡਿੰਗ ਠੀਕ ਹੀ ਹੈ ਸ਼ੁਰੂ,
जतोई की गड्डी मुजफ्फरगढ़ में ते अपनी गड्डी भी मुजफ्फरगढ़ में अपनी लोडिंग शुरू थी गई है। बागला होने के बाद इंशाल्लाह लोडिंग कंप्लीट कर दे वाले निकलते हैं इतों के सीधा वाला अलीपुर रुक रहे पे लोडिंग मुजफ्फरगढ़ जितना लोडिंग करने पे उतना ही केयर नज़दीक कब्रिस्तान है कब्रिस्तान आया खड़ा इन कब्र के नाल कब्र खड़ी है ये अली कब्र इन कब्र के नाल अगर अपने बेटे की कब्र है मेरे छोटे बेटे की वहाँ वो उनकी कब्र इतनी केयर से वो हम नवी कब्र डू पड़िया पे नवी वो मेरे खाले इन तले आ गई है चलो मिल रहे हैं तब बाद कोई दरबार भी है पीर दी औरत भी है थैंकर ते ये जड़ी कब्र है तकरीबन पत्नी चंगी भली कितनी मीटर दी है ये भी पता का नहीं कोई साहबी दी है एक लत सारी एक लत है पूरा पूरी का नहीं अगर दिखा सका लेकिन थी छोटी गई है पहले ढेर व लंबी चौड़ी गई देखो ये का लंबी है थोड़ी जी छोटी थी गई पहले ऐसा जो बचपन इतनी खेलन दिया नज़दीक तो है अपने घर पहले इतनी आंदे से ये पहले ढेसरी लंबी होती जो खेलन दिया हूँ छोटी है चलो मुजफ्फरगढ़ मेन मार्केट मुजफ्फरगढ़ की मेन मार्केट सब्जी वाली शहर मेन बाजार की आधे चाहे वो अस आधे आप यहाँ से कब्रिस्तान कब्रिस्तान दुबारा से वापसी होने क्या कंडीशन है अपनी चलो जी किताबा लोड थी गया बाकी हूँ एक सुरका रह गया गट्टू का लोड करने निकल लिया ब्याह के 12 बजे आ गया से लोडिंग करन की ते 4 का टाइम ठीक है आज वीडियो ही लेट हो सी पता नहीं क्या बढ़ दिया सारे नाल देखो अल्लाह वारिस है हूँ हटे लगते पेन इन्हें मतलब निकलने की तैयारी अपनी बन गई है अल्लाह वारिस है वाल ब्याह के जिम्मे खैर खुशी नाल निकल गयो वादा निकलते रहो कट करते वापस ओ तू बाई पास तो बाहर निकल गया चलो इतना बड़ी पिछु तक लाइन बंद है इतना भी लाइन बंद है बड़ा रश है जोरदार रश है जोरदार ही बड़े ने पे रक्षे दे पिछु लंग वन लंग वन लंग वन बड़ा रश है यार बसंदे वाली हद की थी खड़े अज तक रक्षे वाला हई एस वाले को फसा ही पता है ਜਦੋਂ ਇਹ ਆਇਆ ਤਾਂ ਪਤਵਾ ਨਹੀਂ ਮਾਤ ਨਿਕਲ ਗਿਆ ਹੋਇਆ ਹਾਂ ਸੌਰੀ ਤੂੰ ਚੜਿਆ ਨਾ ਪਿਆ ਕੋ ਨਹੀਂ ਜਾਣਾ ਨਾ ਪਿਆ ਇਹ ਦੇਖੋ ਕੌਣ ਦੇ ਨਾ ਪੇ ਵਾਹ ਕਿ ਆਪਣੀ ਸ਼ੀਲਾ ਵੇਂਦੀ ਪਈ ਹੈ ਸ਼ੀਲਾ ਗੱਡੀ ਦਾ ਨਾਮ ਰੱਖੀ ਬਤੇ ਸੀ ਸ਼ੀਲਾ ਹਾਲੇ ਤੱਕ ਫਸਿਆ ਵਾ ਤੂੰ ਹੱਦ ਥੀ ਗਈ ਜ਼ਿਆਦਾ ਰਸ਼ ਦੀ ਉਡੂ ਗੱਡੀ ਆਂਦਿਆ ਪੈਨ ਸਾਡਿਆਂ ਗੱਡਿਆ ਨੂੰ ਵੜਿਆ ਵਾ ਤੈਨੂੰ काम ढेर सारा आउट से आवाज है जी सुबह दे हल्के फल्के हल्के फुल्के नाश्ते बदे आसे जे हुन ए होटल ते मारते से ब्रेक ए होटल ते गड्डी था रोक ते एक साइड दे वाला वेने खाना खांदे खाना खा तो वाला निकल रहे हैं अपने नाल उस्ताद जैन ते वीडियो ज्यादा खाने की जगह बड़ा सुन लगे बाकी निकल सुन अल्लाह वारे से वाली शाह सुल्तान पहुंच क्यों ए फटा रक्षा आया खड़े ते हिंदे ते कुछ किताबां लहा मने अल्लाह ते इस किताबां इन किताबां सारे आओ हंदे ते एक गट्टू लहाणे वाले थम निकले जो लागू ते परमट तू जोल डीजल की टैंकी फुल करें हमें बाद जिमें उस हिसाब किताब अगू दे वाल एंड करें लेट थी वजिए वीडियो ढेर सारी
किताबा लावणियां ए लाला 6 बजे दा इथे खड़े होण टाइम थी गए 7 बजते तकरीबन कोई 5-10 मिनट थी गए 6 बजे दा खड़े चल ही माते कोई नहीं ए तो वल थिया छोटा मोटा काम चलो अल्लाह वारे से चलो जी करो फोन चलो जी टैंकी अपनी थी नहीं पी फुल ते आज माल लावण को पहले क्योंकि माल हूं ज्यादा लहा ते वाला टैंकी फुल करे वैसे वाला उठाई मान ते मजीद जड़ा है ना वाला बुखार चले वैसे वाला डीजल पौणा ना पोसी चलो देखो 11 लीटर दे ट्रिप त मार दे सी बाकी देखो क्या करे जी ये तो सरकारी मिलते ना सब ओके ओके बिल्कुल फुल बंद कर भाई सुनो गाड़ी सुनो याद रख ठीक है डन थे 4600 आखिरी जात पहुंच गए से ये हुन लाण शुरू थी गन ए किताबा जड़ा चाहते ऐसे ए किताबा भी आपा को देते ने छोटा भतरीजा है जड़ा लिखा होया पड़सी इंग्लिश वाली कापियां है बहुत महंगी हैं ए वही ते ए भी लाथन ए भी ढेर सारे कापियां लाथन ए ए देते ने आपा को चलो कोई तो भला थी गया किताबें चावण दा अल्लाह ताला दी बेहतरी थी गया ये वीडियो को करने पे थैंक यू एंड आखो जड़ा इतों घर गया से जड़ा समान छोटे जो घर का समान चाह तो गया से हुंदा किराया 2500 रुपया तो जड़ा ये किराया किताबें का ये थी वैसी आखो 7200 बाकी एक किराया थी गया डीजल तुहाडे सामने आ गया खर्चा अपना 400 रुपये का ला गया मैक्सीम 400 रुपये का खर्चा बाकी हर शतो कुछ सारे हूँ ही वीडियो को इतने ही एंड करने पैसे अगर नवे वे तो चैनल को सब्सक्राइब कर दिया लाइक कर दिया शेयर कर दिया बैल को दबा दिया हर वीडियो की नोटिफिकेशन तो आपको मिलती रहे वैसे खुश रहो खुश रखो अस्सलाम वालेकुम।